जी का खालसा वाहेगुरू जी की फतेह। श्री अकाल तख्त साहब दे वाली साइड दे उत्ते जिहड़ा कि सचखंड श्री हरिमंदर साहब नूं रस्ता आउंदा है उत्थे जोड़ा घर की खुदाई की जा रही सी और उस जोड़ा घर की खुदाई करदियां थल्लियों एक बिल्डिंग निकली है जिहड़ी बड़ी खूबसूरत बनी हुई है। पुरानियां डाटा लगा के उहदे दरवाजे बने हुए है। ਉਹ ਅਸੀਂ ਉਸੇ ਤਰ੍ਹਾਂ ਕੰਮ ਰੋਕ ਕੇ ਉਹਨੂੰ ਪ੍ਰਜ਼ਰਵ ਕਰਨ ਵਾਸਤੇ ਪਹਿਲਾਂ ਅਸੀਂ ਡਿਪਾਰਟਮੈਂਟ ਜਿਹੜਾ ਆਰਕਾਈਵਸ ਡਿਪਾਰਟਮੈਂਟ ਹੈ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਿਹਾ ਕਿ ਉਹਨਾਂ ਨੂੰ ਬੁਲਾਇਆ ਜਾਵੇ। ਉਹਨਾਂ ਨੇ ਚੰਡੀਗੜ੍ਹ ਮੈਸੇਜ ਦਿੱਤਾ, ਉਹ ਸਵੇਰੇ ਪਹੁੰਚ ਰਹੇ ਹਾਂ। ਜੇ ਉਹ ਦੱਸ ਦੇਣਗੇ ਉਹ ਵੀ ਠੀਕ ਹੈ, ਨਹੀਂ ਤਾਂ ਅਸੀਂ ਹਿਸਟੋਰੀਅਨ ਬੁਲਾ ਕੇ ਉਹਦੇ ਪੂਰੀ ਪੜਤਾਲ ਕਰਾਂਗੇ ਕਿ ਉਹ ਬਿਲਡਿੰਗ ਕਿਹੜੀ ਹੈ, ਕੀ ਇਹਦਾ ਕੋਈ ਇਤਿਹਾਸ ਨਾਲ ਸੰਬੰਧ ਹੈ ਕਿ ਪੁਰਾਣੀ ਬਿਲਡਿੰਗ ਕੋਈ ਕਿਲੇ ਵਾਂਗ ਬਣੀ ਹੈ ਜਾਂ ਕੀ ਹੈ। ਅਸੀਂ ਸਾਰੀ ਖੁਦਾਈ ਕਰਕੇ ਵੇਖਾਂਗੇ ਕਿ ਉਹ ਬਿਲਡਿੰਗ ਦੇ ਵਿੱਚ ਕਿਹੜੀ ਕਿਹੜੀ ਚੀਜ਼ ਉੱਥੇ ਬਣੀ ਹੋਈ ਹੈ ਅਤੇ ਕਿੰਨੀ ਬਿਲਡਿੰਗ ਬਣੀ ਹੈ। ਸੋ ਸਾਰੀ ਪੜਤਾਲ ਕਰਨ ਤੋਂ ਬਾਅਦ ਇਹਨੂੰ ਪ੍ਰਜ਼ਰਵ ਕੀਤੀ ਜਾਵੇ। ਇਹ ਸਾਡੀ ਬਹੁਤ ਵੱਡੀ ਖੁਸ਼ਕਿਸਮਤੀ ਹੋਏਗੀ ਕਿ ਥੱਲਿਓਂ ਜਿਹੜੀ ਕੋਈ ਬਿਲਡਿੰਗ ਨਿਕਲੀ ਹੈ ਉਹਦਾ ਸੰਬੰਧ ਕਿਸ ਚੀਜ਼ ਨਾਲ ਹੈ, ਇਹਦੀ ਅਸੀਂ ਪੜਤਾਲ ਕਰਕੇ ਸੇਵਾ ਵਿੱਚ ਹਾਜ਼ਰ ਕਰਾਂਗੇ। ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਹਾਂ ਕਿ ਇਹਦੀ ਕੋਈ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਵੱਧ ਘੱਟ ਕਿਸੇ ਕਿਸਮ ਦੀ ਕੋਈ ਆ ਕੇ ਸ਼ਰਾਰਤ ਨਾ ਕਰਨ। ਜਿਹਦੇ ਨਾਲ ਕੋਈ ਨੁਕਸਾਨ ਹੋਵੇ ਉਸ ਬਿਲਡਿੰਗ ਨੂੰ ਪਹਿਲਾਂ ਪੜਤਾਲ ਕਰਾਈ ਜਾਏਗੀ ਆਰਕਾਈਵਸ ਡਿਪਾਰਟਮੈਂਟ ਵੱਲੋਂ, ਹਿਸਟੋਰੀਅਨ ਕੋਲੋਂ, ਅਤੇ ਫਿਰ ਉਹਦੇ ਉੱਤੇ ਜਾ ਕੇ ਉਹਨੂੰ ਪ੍ਰਿਜ਼ਰਵੇਸ਼ਨ ਕੀਤੀ ਜਾਏਗੀ। ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗੀ ਕੋਈ ਕਿਸੇ ਕਿਸਮ ਦਾ ਇਹਦੇ ਉੱਤੇ ਵਿਵਾਦ ਜਾਂ ਕੋਈ ਉਹੋ ਜਿਹਾ ਵਾਹਵੇਲਾ ਨਾ ਬਣਾਇਆ ਜਾਵੇ ਜਿਹਦੇ ਨਾਲ ਸੰਗਤਾਂ ਨੂੰ ਇਸ ਗੱਲ ਦੇ ਉੱਤੇ ਕੋਈ ਠੇਸ ਪਹੁੰਚੇ। ਇਹਦੇ ਨਾਲ ਹੀ ਮੇਰੀ ਬੇਨਤੀ ਹੈ ਕਿ ਵਿਦਵਾਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਜਿਹੜਾ ਵੀ ਕੋਈ ਉੱਥੇ ਆ ਕੇ ਕੋਈ ਇਤਿਹਾਸ ਨੂੰ ਜਾਣਦਾ ਹੋਵੇ ਉਹ ਜ਼ਰੂਰ ਆ ਕੇ ਇਸ ਦਾ ਸੁਝਾਅ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵਾਲੀ ਸਾਈਡ ਦੇ ਉੱਤੇ ਜਿਹੜਾ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਰਸਤਾ ਆਉਂਦਾ ਹੈ ਉੱਥੇ ਜੋੜਾ ਘਰ ਦੀ ਖੁਦਾਈ ਕੀਤੀ ਜਾ ਰਹੀ ਸੀ ਔਰ ਉਸ ਜੋੜਾ ਘਰ ਦੀ ਖੁਦਾਈ ਕਰਦਿਆਂ ਥੱਲਿਓਂ ਇੱਕ ਬਿਲਡਿੰਗ ਨਿਕਲੀ ਹੈ ਜਿਹੜੀ ਬੜੀ ਖੂਬਸੂਰਤ ਬਣੀ ਹੋਈ ਹੈ। ਪੁਰਾਣੀਆਂ ਡਾਟਾ ਲਗਾ ਕੇ ਉਹਦੇ ਦਰਵਾਜ਼ੇ ਬਣੇ ਹੋਏ ਹੈ। ਉਹ ਅਸੀਂ ਉਸੇ ਤਰ੍ਹਾਂ ਕੰਮ ਰੋਕ ਕੇ ਉਹਨੂੰ ਪ੍ਰਜ਼ਰਵ ਕਰਨ ਵਾਸਤੇ ਪਹਿਲਾਂ ਅਸੀਂ ਡਿਪਾਰਟਮੈਂਟ ਜਿਹੜਾ ਆਰਕਾਈਵਸ ਡਿਪਾਰਟਮੈਂਟ ਹੈ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਿਹਾ ਕਿ ਉਹਨਾਂ ਨੂੰ ਬੁਲਾਇਆ ਜਾਵੇ। ਉਹਨਾਂ ਨੇ ਚੰਡੀਗੜ੍ਹ ਮੈਸੇਜ ਦਿੱਤਾ, ਉਹ ਸਵੇਰੇ ਪਹੁੰਚ ਰਹੇ ਹਾਂ। ਜੇ ਉਹ ਦੱਸ ਦੇਣਗੇ ਉਹ ਵੀ ਠੀਕ ਹੈ, ਨਹੀਂ ਤਾਂ ਅਸੀਂ ਹਿਸਟੋਰੀਅਨ ਬੁਲਾ ਕੇ ਉਹਦੇ ਪੂਰੀ ਪੜਤਾਲ ਕਰਾਂਗੇ ਕਿ ਉਹ ਬਿਲਡਿੰਗ ਕਿਹੜੀ ਹੈ, ਕੀ ਇਹਦਾ ਕੋਈ ਇਤਿਹਾਸ ਨਾਲ ਸੰਬੰਧ ਹੈ ਕਿ ਪੁਰਾਣੀ ਬਿਲਡਿੰਗ ਕੋਈ ਕਿਲੇ ਵਾਂਗ ਬਣੀ ਹੈ ਜਾਂ ਕੀ ਹੈ। ਅਸੀਂ ਸਾਰੀ ਖੁਦਾਈ ਕਰਕੇ ਵੇਖਾਂਗੇ ਕਿ ਉਹ ਬਿਲਡਿੰਗ ਦੇ ਵਿੱਚ ਕਿਹੜੀ ਕਿਹੜੀ ਚੀਜ਼ ਉੱਥੇ ਬਣੀ ਹੋਈ ਹੈ ਅਤੇ ਕਿੰਨੀ ਬਿਲਡਿੰਗ ਬਣੀ ਹੈ। ਸੋ ਸਾਰੀ ਪੜਤਾਲ ਕਰਨ ਤੋਂ ਬਾਅਦ ਇਹਨੂੰ ਪ੍ਰਜ਼ਰਵ ਕੀਤੀ ਜਾਵੇ। ਇਹ ਸਾਡੀ ਬਹੁਤ ਵੱਡੀ ਖੁਸ਼ਕਿਸਮਤੀ ਹੋਏਗੀ ਕਿ ਥੱਲਿਓਂ ਜਿਹੜੀ ਕੋਈ ਬਿਲਡਿੰਗ ਨਿਕਲੀ ਹੈ ਉਹਦਾ ਸੰਬੰਧ ਕਿਸ ਚੀਜ਼ ਨਾਲ ਹੈ, ਇਹਦੀ ਅਸੀਂ ਪੜਤਾਲ ਕਰਕੇ ਸੇਵਾ ਵਿੱਚ ਹਾਜ਼ਰ ਕਰਾਂਗੇ। ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਹਾਂ ਕਿ ਇਹਦੀ ਕੋਈ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਵੱਧ ਘੱਟ ਕਿਸੇ ਕਿਸਮ ਦੀ ਕੋਈ ਆ ਕੇ ਸ਼ਰਾਰਤ ਨਾ ਕਰਨ। ਜਿਹਦੇ ਨਾਲ ਕੋਈ ਨੁਕਸਾਨ ਹੋਵੇ ਉਸ ਬਿਲਡਿੰਗ ਨੂੰ ਪਹਿਲਾਂ ਪੜਤਾਲ ਕਰਾਈ ਜਾਏਗੀ ਆਰਕਾਈਵਸ ਡਿਪਾਰਟਮੈਂਟ ਵੱਲੋਂ, ਹਿਸਟੋਰੀਅਨ ਕੋਲੋਂ, ਅਤੇ ਫਿਰ ਉਹਦੇ ਉੱਤੇ ਜਾ ਕੇ ਉਹਨੂੰ ਪ੍ਰਿਜ਼ਰਵੇਸ਼ਨ ਕੀਤੀ ਜਾਏਗੀ। ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗੀ ਕੋਈ ਕਿਸੇ ਕਿਸਮ ਦਾ ਇਹਦੇ ਉੱਤੇ ਵਿਵਾਦ ਜਾਂ ਕੋਈ ਉਹੋ ਜਿਹਾ ਵਾਹਵੇਲਾ ਨਾ ਬਣਾਇਆ ਜਾਵੇ ਜਿਹਦੇ ਨਾਲ ਸੰਗਤਾਂ ਨੂੰ ਇਸ ਗੱਲ ਦੇ ਉੱਤੇ ਕੋਈ ਠੇਸ ਪਹੁੰਚੇ। ਇਹਦੇ ਨਾਲ ਹੀ ਮੇਰੀ ਬੇਨਤੀ ਹੈ ਕਿ ਵਿਦਵਾਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਜਿਹੜਾ ਵੀ ਕੋਈ ਉੱਥੇ ਆ ਕੇ ਕੋਈ ਇਤਿਹਾਸ ਨੂੰ ਜਾਣਦਾ ਹੋਵੇ ਉਹ ਜ਼ਰੂਰ ਆ ਕੇ ਇਸ ਦਾ ਸੁਝਾਅ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।